लंबे समय तो मोर्चा थोड़ा चलता पिया है, दुनिया तक आवाज चली गई है, घर घर आवाज गई है, मौजूदा लीडर ते पंजाब सरकार तुहाडे इस काम वल तवज्जो क्यों नहीं दे रही? सर ऐ जिहड़ा मलहोत्रा हैगा ना परिवार के कारपोरेट कराना है, तगड़े बंदे आ, सूझदार बंदे आ, पैसों वाले बंदे आ, इन्हां ने कुछ सरकार नूं क्या होना है जां कोई इन्हां दा की कोई सिस्टम है, कोई देन लैण दा सिस्टम है भी एक सरकार नूं क्यों नहीं समझ आ रही? ये तां पैसे कोई जरूरी नहीं हुंदेगे, जे साडा पानी खत्म हो गया भी ये 40 पिंडां दे लोक कित्थे जाणगे? ते लोक कैंसर नाल मर रहे आ, काले काला पीलिया हो रहा, फंगस डिजीज, कैमिकल डिजीज और इन्नियां तरह दियां डिजीज लोकां नूं हो रही, लोग परेशान होए पए आ। इथेनॉल प्लांट सर पुछण वाला होवे भी इन्हां नूं इत्थे एनओसी किवें मिल गई? हाईली फ्लेमेबल ब्लास्ट वाला जिहड़ा हैगा इन्हां दा प्लांट हैगा जी, वो रैशी आबादी च नहीं लग सकदा गा। हाईली फ्लेमेबल प्रोडक्ट हुंदे जदों इह ब्लास्ट हुंदे आ, कई देशां च होई वी आ, ठीक है, नेपाल च होया सीगा कोई साल पहला पिछे ब्लास्ट होया सीगा। जदों इह ब्लास्ट हुंदे आ ना सर, इह एरिए दे एरिए तबाह हो जांदे आ जी, अरब कंट्रियां दे विच जदों उहनां दी लड़ाई हुंदी आ एवें ब्लास्ट कर दिंदे आ जी, उह अरब कंट्रियां दे विच बहुत समय होया, गल्फ कंट्रियां दे विच बहुत सारे ब्लास्ट होए आ जी। कि पहलियां सरकारां सुत्तियां पईयां, इह सरकार वी सानूं तां सुत्ती नज़र आ रही आ, जिहनूं इक कारपोरेट घराणे दा इक नुमाइंदा कंपलसरी आ, मलहोत्रा कंपलसरी आ, जिहनूं पूरी जनता दा फिकर नहीं, इक मलहोत्रे दा फिकर आ। कि शराब दे ठेकियां तों प्रॉफिट बहुत आउंदा, फिर इहदा मतलब ही इहनां नूं प्रॉफिट दा, इहनां नूं जनता दा नहीं। ਸਾਡੇ ਇਲਾਕੇ ਦੇ ਵਿੱਚ ਧੜਾ ਧੜ ਜਿਹੜੀ ਇਹ ਬਿਮਾਰੀ ਫੈਲਣ ਤੋਂ ਬਾਅਦ ਡੈਥ ਰੇਸ਼ੋ ਵਧਣੀ ਸੀ, ਤੇ ਫਿਰ ਇਸੇ ਸਰਕਾਰ ਨੇ ਵੱਡੀਆਂ ਵੱਡੀਆਂ ਟੀਮਾਂ WHO ਨੂੰ ਵੀ ਆਰਗੇਨਾਈਜ਼ ਕਰਕੇ ਸਾਡੇ ਤੱਕ ਘੱਲਣਾ ਸੀ ਕਿ ਦੇਖੋ ਜੀ ਇਹਦਾ ਮੇਨ ਰੀਜ਼ਨ ਕੀ ਆ, ਕਾਰਨ ਕੀ ਆ। ਅੱਜ ਜਦੋਂ ਕਾਰਨ ਪਤਾ ਲੱਗ ਗਿਆ, ਅੱਜ ਮੌਨਤਾਰੀ ਬੈਠੇ ਆ। ਹੁਣ ਤਾਂ ਸਾਨੂੰ ਇਹ ਵੀ ਸ਼ੱਕ ਜ਼ਹਿਰ ਹੋਣ ਲੱਗ ਗਿਆ ਕਿ ਸ਼ਾਇਦ CM ਦੇ ਹੱਥ 'ਚ ਵੀ ਕੁਛ ਨਹੀਂ, ਇਹ ਕੇਜਰੀਵਾਲ ਦੇ ਹੱਥ 'ਚ ਆ, ਇਹ ਜਿਹੜੀ ਘੰਟੀ ਉੱਥੋਂ ਹੀ ਖੜਕਦੀ ਆ, ਉੱਥੇ ਹੀ ਉਹ ਬੈਠਾ ਮਲਹੋਤਰਾ। ਇੱਕ ਬੰਦੇ ਦਾ ਨਾਂ ਨਹੀਂ ਲੀਡਰ ਦਾ ਲੈਣਾ ਚਾਹੁੰਦੀ, ਮੈਂ ਪਰਸਨਲੀ ਉਹਦੇ ਨਾਲ ਡਿਸਕਸ ਕੀਤੀ, ਮੈਂ ਆਖਿਆ ਵੀ ਭਾਈ ਸਾਹਿਬ ਆ ਬੰਦੇ ਤੁਹਾਡੇ ਨਾਲ ਸੀ, ਅਤੇ ਮੈਂ ਕਿਹਾ ਇਹਨਾਂ ਨੂੰ ਲਾਹਣਤਾ ਪਾਓ, ਆਮ ਆਦਮੀ ਪਾਰਟੀ ਨਾਲ ਤੁਰੇ ਫਿਰਦੇ ਆ। ਕਹਿੰਦੇ ਜੀ ਪਰਚੇ ਅਸੀਂ ਵੀ ਕਰਾਏ ਆ, ਪਰਚੇ ਇਹਨਾਂ ਨੇ ਵੀ ਕਰਾਉਣੇ ਆ, ਬੰਦੇ ਸਾਡੇ ਘੱਲੇ ਉੱਧਰ ਗਏ। ਉਹਨਾਂ ਨੂੰ ਵੀ ਪਤਾ ਵੀ ਬੀਬੀ ਮਰਖਾਈ ਜ਼ਿਆਦਾ ਬੋਲਦੀ ਆ, ਕਦੇ ਤੁਹਾਨੂੰ ਨਹੀਂ ਕਿਸੇ ਨੇ ਕਿਹਾ ਵੀ ਸੇਵਾ ਪਾਣੀ ਥੋੜੀ ਵੀ ਕਰਦੇ ਨੇ, ਚੁੱਪ ਹੀ ਕਰ ਜਾ। ਨਹੀਂ ਬਹੁਤ ਆ, ਹਫ਼ਤੇ ਦਾ 10 ਲੱਖ ਰੁਪਈਆ ਆਇਆ ਸੀ ਡਿਮਾਂਡ, ਇੱਕ ਹਫ਼ਤੇ ਦਾ 10 ਲੱਖ ਰੁਪਈਆ ਦੇਵਾਂਗੇ, ਤੂੰ ਨਸ਼ੇ 'ਤੇ ਬੋਲਣਾ ਛੱਡ ਦੇ, ਆ ਭਗਤ ਦੂਣੀ ਚੰਦ ਜੀ ਦੀ ਜਗ੍ਹਾ 'ਤੇ ਕੱਢਣਾ। ਪਰ ਬਈ ਕਿਸੇ ਵੇਲੇ ਤੁਸੀਂ ਬੜੇ ਵੱਡੇ ਪੱਧਰ ਦੇ ਉੱਪਰ ਆਮ ਆਦਮੀ ਪਾਰਟੀ ਦੇ ਸਮਰਥਕ ਸੀ, ਘਰ ਘਰ ਗਏ, ਉਹਨਾਂ ਨੂੰ ਵੀ ਪਤਾ ਵੀ ਇਹ ਸਾਡਾ ਵਲੰਟੀਅਰ ਹੈ, ਸਾਡਾ ਅੱਛਾ ਵਰਕਰ ਹੈ, ਤੇ ਅੱਜ ਹੀ ਅੱਜ ਉਹ ਵਰਕਰ ਖੜਾ ਹੋਇਆ ਆ ਪੌਣ ਤੇ ਪਾਣੀ ਪਹੁੰਚਾਉਣ ਦੀ ਖਾਤਰ, ਤੇ ਅੱਜ ਉਹਨਾਂ ਨੂੰ ਉਹ ਵਰਕਰ ਨਹੀਂ ਦਿਸਦਾ ਜਿਹਦੇ ਅੰਦਰ ਬੜਾ ਜਜ਼ਬਾ ਸੀ, ਤੇ ਘਰ ਘਰ ਜਾ ਕੇ ਉਹਨੇ ਕਿਹਾ ਸੀ ਰਵਾਇਤੀਆਂ ਤੋਂ ਪਾਸੇ ਹੋ ਜਾਓ। ਜਿਹੜੀ ਮਤਲਬ ਆਪਕਾਰੀ ਇਹਨਾਂ ਨੇ ਪਾਲਿਸੀ ਤੋੜ ਕੇ ਦੀਪ ਮਲਹੋਤਰੇ ਨੂੰ ਦਿੱਲੀ ਦੇ 70% ਠੇਕੇ ਦਿੱਤੇ ਹੋਏ ਆ ਜੀ, ਦਿੱਲੀ ਦੇ 70% ਠੇਕੇ ਜਿਹੜੇ ਦੀਪ ਮਲਹੋਤਰੇ ਨੂੰ ਦਿੱਤੇ ਹੋਏ ਆ ਜੀ। ਕਿਆ ਇਹ ਸਰਕਾਰ ਭਗਵੰਤ ਮਾਨ ਨਹੀਂ ਚਲਾ ਰਿਹਾ, ਇਹ ਦਿੱਲੀ ਤੋਂ ਜਾਂ ਰਾਘਵ ਚੱਡਾ ਚਲਾ ਰਿਹਾ, ਜਾਂ ਇਹਨੂੰ ਕੇਜਰੀਵਾਲ ਚਲਾ ਰਿਹਾ? ਜਿਹੜੇ ਤੁਸੀਂ ਕਿਹਾ ਇਹ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ, ਇਹਨਾਂ ਦੀ ਜੀ ਟਰਨਓਵਰ 900 ਕਰੋੜ ਦੀ ਆ, 900 ਕਰੋੜ ਦੀ ਇੱਕ ਸਾਲ ਦੀ ਟਰਨਓਵਰ ਆ, ਇਹ ਸਾਡੇ 800 ਜੇ ਸਾਨੂੰ ਕਹਿੰਦਾ 800 99 ਕਰੋੜ 99 ਲੱਖ 99 ਹਜ਼ਾਰ ਤੈਨੂੰ ਦਿੱਤੇ ਵਿਕ ਜੋ, ਆ ਸਾਡਾ ਵਾਲ ਨਹੀਂ ਖਰੀਦ ਸਕਦੇ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੱਖੂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਜੀਰਾ ਵਿਖੇ ਇੱਕ ਸ਼ਰਾਬ ਫੈਕਟਰੀ ਦੇ ਖਿਲਾਫ ਲੰਮੇ ਸਮੇਂ ਤੋਂ ਇੱਕ ਧਰਨਾ ਚੱਲ ਰਿਹਾ, ਮੋਰਚਾ ਚੱਲ ਰਿਹਾ, ਔਰ ਗਜ਼ਬ ਦੀ ਗੱਲ ਕੀ ਹੈ ਕਿ ਪੰਜਾਬ ਸਰਕਾਰ ਦੇ ਕੰਨਾਂ ਤੱਕ ਆਵਾਜ਼ਾਂ ਲੰਮੇ ਸਮੇਂ ਤੋਂ ਗਈਆਂ ਨੇ, ਪਰ ਅਜੇ ਤੱਕ ਹੋਇਆ ਕੁਛ ਨਹੀਂ। ਜੇ ਗੱਲ ਕਰੀਏ ਲੋਕਲ ਲੀਡਰਸ ਦੀ, ਮੌਜੂਦਾ ਲੀਡਰਸ ਦੀ, ਉਹਨਾਂ ਦੇ ਵੱਲੋਂ ਵੀ ਕੋਈ ਉਸ ਪੱਧਰ ਦਾ ਸਟੈਂਡ ਨਹੀਂ ਲਿਆ ਗਿਆ। ਇੰਨਾ ਜ਼ਰੂਰ ਕਹਿ ਰਹੇ ਨੇ ਵੀ ਬਿਲਕੁਲ ਇਹ ਗਲਤ ਕੰਮ ਹੈ, ਪੌਣ ਅਤੇ ਪਾਣੀ ਬਚਾਉਣਾ ਚਾਹੀਦਾ, ਪਰ ਸਵਾਲ ਪੈਦਾ ਹੋ ਜਾਂਦਾ ਵੀ ਪੌਣ ਅਤੇ ਪਾਣੀ ਆਖਿਰਕਾਰ ਬਚਾਵੇਗਾ ਕੌਣ? ਆਓ ਗੱਲਬਾਤ ਕਰਦੇ ਹਾਂ ਸਾਡੇ ਨਾਲ ਪੈਣ
मरखाई जी भी ने, साडे वीर रोबिन जी भी ने, होर सारिया शख्सियतां ने, सारियां दे नाल गलबात करदे आ ते जानण दा यतन करदे आ भी मोर्चा कित्थे चल रहा है, की दिक्कतां आ रही ने ते किस प्रकार दे नाल मोर्चे नूं सिखर तक लैके जाणा। आओ सब तो पहले इन्हां वीरां दा स्वागत करदे आ। ਵੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸ਼ੁਭ ਨਾਮ ਕੀ ਹੈ ਬਾਈ ਦਾ? ਫਤਿਹ ਸਿੰਘ ਢਿੱਲੋਂ ਬਾਈ ਜੀ। ਫਤਿਹ ਸਿੰਘ ਢਿੱਲੋਂ ਜੀ, ਇੱਕ ਜਾਣਕਾਰੀ ਦਿਓ, ਲੰਮੇ ਸਮੇਂ ਤੋਂ ਮੋਰਚਾ ਤੁਹਾਡਾ ਚੱਲਦਾ ਪਿਆ ਹੈ, ਦੁਨੀਆ ਤੱਕ ਆਵਾਜ਼ ਚਲੀ ਗਈ ਹੈ, ਘਰ ਘਰ ਆਵਾਜ਼ ਗਈ ਹੈ, ਮੌਜੂਦਾ ਲੀਡਰ ਤੇ ਪੰਜਾਬ ਸਰਕਾਰ ਤੁਹਾਡੇ ਇਸ ਕੰਮ ਵੱਲ ਤਵੱਜੋ ਕਿਉਂ ਨਹੀਂ ਦੇ ਰਹੀ? ਸਰ ਐਂ ਆ ਵੀ ਜਿਹੜਾ ਮਲਹੋਤਰਾ ਹੈਗਾ ਨਾ ਪਰਿਵਾਰ, ਇਹ ਕਾਰਪੋਰੇਟ ਕਰਾਉਣਾ ਹੈ, ਇੱਕ ਤਕੜੇ ਬੰਦੇ ਆ, ਰਸੂਖਦਾਰ ਬੰਦੇ ਆ, ਪੈਸਿਆਂ ਵਾਲੇ ਬੰਦੇ ਆ, ਇਹਨਾਂ ਨੇ ਕੁਛ ਸਰਕਾਰ ਨੂੰ ਕਿਹਾ ਹੋਣਾ ਜਾਂ ਕੋਈ ਇਹਨਾਂ ਦਾ ਕੀ ਕੋਈ ਸਿਸਟਮ ਹੈ, ਕੋਈ ਦੇਣ ਲੈਣ ਦਾ ਸਿਸਟਮ ਹੈ, ਵੀ ਇੱਕ ਸਰਕਾਰ ਨੂੰ ਕਿਉਂ ਨਹੀਂ ਸਮਝ ਆ ਰਹੀ? ਇਹ ਤਾਂ ਪੈਸੇ ਕੋਈ ਜ਼ਰੂਰੀ ਨਹੀਂ ਹੁੰਦੇ ਗੇ, ਜੇ ਸਾਡਾ ਪਾਣੀ ਖਤਮ ਹੋ ਗਿਆ ਵੀ ਇਹ 40 ਪਿੰਡਾਂ ਦੇ ਲੋਕ ਕਿੱਥੇ ਜਾਣਗੇ, ਜਿਹੜਾ ਸਭ ਤੋਂ ਇੰਪੋਰਟੈਂਟ ਮੈਟਰ ਆ। ਹੁਣ ਸਰ ਦੇਖੋ, ਉੱਥੇ 40 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਬੈਠੀਆਂ ਜੀ, ਅਤੇ ਲੋਕ ਕੈਂਸਰ ਨਾਲ ਮਰ ਰਹੇ ਆ, ਕਾਲਾ ਪੀਲੀਆ ਹੋ ਰਿਹਾ, ਫੰਗਸ ਡਿਜ਼ੀਜ਼, ਕੈਮੀਕਲ ਡਿਜ਼ੀਜ਼, ਹੋਰ ਇੰਨੀਆਂ ਤਰ੍ਹਾਂ ਦੀਆਂ ਡਿਜ਼ੀਜ਼ ਲੋਕਾਂ ਨੂੰ ਹੋ ਰਹੀਆਂ, ਲੋਕ ਪਰੇਸ਼ਾਨ ਹੋਏ ਪਏ ਆ। ਇੱਕ ਸਰ ਜਿਹੜੀਆਂ ਇਹ ਫੈਕਟਰੀਆਂ ਸਰ ਕਹਿਣ ਦੀਆਂ ਗੱਲਾਂ ਜੀ, ਇਹ 3 ਪਲਾਂਟ ਚਲਾ ਰਹੇ ਆ, ਕੈਮੀਕਲ ਫੈਕਟਰੀ, ਅਲਕੋਹਲ ਫੈਕਟਰੀ ਐਂਡ ਇਥਨਲ ਪਲਾਂਟ। ਇਥਨਲ ਪਲਾਂਟ ਸਰ ਪੁੱਛਣ ਵਾਲਾ ਹੋਵੇ ਵੀ ਇਹਨਾਂ ਨੂੰ ਇੱਥੇ NOC ਕਿਵੇਂ ਮਿਲ ਗਈ? ਹਾਈਲੀ ਫਲੇਮੇਬਲ ਬਲਾਸਟ ਵਾਲਾ ਜਿਹੜਾ ਹੈਗਾ ਇਹਨਾਂ ਦਾ ਪਲਾਂਟ ਹੈਗਾ ਜੀ, ਉਹ ਰਹਿਸ਼ੀ ਆਬਾਦੀ 'ਚ ਨਹੀਂ ਲੱਗ ਸਕਦਾ ਗਾ। ਪਹਿਲਾਂ ਵੀ ਇੱਕ ਦਿਨ ਮੈਂ ਤੁਹਾਨੂੰ ਸੁਣ ਰਿਹਾ ਸੀ, ਉਹਦੇ ਵਿੱਚ ਤੁਸੀਂ ਵੇਰਵਾ ਪਾਇਆ ਵੀ ਜੇ ਬਲਾਸਟ ਹੋ ਜਾਂਦਾ ਇੰਨਾ ਕਿਲੋਮੀਟਰ ਐਂ ਨੂੰ ਨੁਕਸਾਨ ਹੋਣਾ, ਇੰਨੇ ਕਿਲੋਮੀਟਰ ਐਂ ਨੂੰ ਹੋਣਾ, ਉਹ ਕੀ ਤੁਹਾਡੇ ਕੋਲ ਮਾਪਦੰਡ ਅਤੇ ਪੈਮਾਨਾ? ਸਰ ਜਿਹੜਾ ਮਾਪਦੰਡ ਵਾਲਾ ਪੈਮਾਨਾ ਨਾ, ਤੁਸੀਂ ਜੇ ਜੋਗ੍ਰਾਫੀ ਪੜ੍ਹਦੇ ਹੋ ਅਤੇ ਜਾਂ ਫਿਰ ਆਪਾਂ ਕੋਈ ਵੀ ਜਿਹੜਾ ਸਟੱਡੀ ਕਰਦਾ ਸਟੂਡੈਂਟ, ਉਹਨੂੰ ਪਤਾ ਹੁੰਦਾ ਜਿਹੜੇ ਇਹ ਹਾਈਲੀ ਫਲੇਮਲ ਪ੍ਰੋਡਕਟ ਹੁੰਦੇ, ਜਦੋਂ ਇਹ ਬਲਾਸਟ ਹੁੰਦੇ ਆ, ਕਈ ਦੇਸ਼ਾਂ 'ਚ ਹੋਏ ਵੀ ਆ, ਠੀਕ ਹੈ, ਨੇਪਾਲ 'ਚ ਹੋਇਆ ਸੀਗਾ ਕੋਈ ਸਾਲ ਪਹਿਲਾਂ ਪਿੱਛੇ ਬਲਾਸਟ ਹੋਇਆ ਸੀਗਾ, ਜਦੋਂ ਇਹ ਬਲਾਸਟ ਹੁੰਦੇ ਆ ਨਾ ਸਰ, ਇਹ ਏਰੀਏ ਦੇ ਏਰੀਏ ਤਬਾਹ ਹੋ ਜਾਂਦੇ ਆ ਜੀ। ਅਰਬ ਕੰਟਰੀਆਂ ਦੇ ਵਿੱਚ ਜਦੋਂ ਉਹਨਾਂ ਦੀ ਲੜਾਈ ਹੁੰਦੀ ਆ, ਉਹ ਐਵੇਂ ਬਲਾਸਟ ਕਰ ਦਿੰਦੇ ਆ ਜੀ। ਉਹ ਅਰਬ ਕੰਟਰੀਆਂ ਦੇ ਵਿੱਚ ਬਹੁਤ ਸਾਰਾ ਹੋਇਆ, ਗਲਫ ਕੰਟਰੀਆਂ ਦੇ ਵਿੱਚ ਬਹੁਤ ਸਾਰੇ ਬਲਾਸਟ ਹੋਏ ਆ ਜੀ, ਜਦੋਂ ਕੀ ਕਹਿੰਦੇ ਆ ਗਦਾਫੀ ਦੀ ਲੜਾਈ ਸੀ ਉਦੋਂ ਵੀ ਬਹੁਤ ਕੁਛ ਹੁੰਦਾ ਰਿਹਾ, ਉਧਰਲੀਆਂ ਜਿਹੜੀਆਂ ਬਾਹਰ ਉਹਨਾਂ ਕੰਟਰੀਆਂ ਦੀ ਗੱਲ ਕਰੀਏ ਸਰ, ਜਿਹੜੇ ਇਹ ਪਲਾਂਟ ਹੈਗੇ ਨਾ ਇਥਨਲ ਪਲਾਂਟ ਵਰਗੇ, ਇਹ ਪੰਜਾਬ ਦੀ ਜਿਹੜੀ ਜ਼ਮੀਨ ਆ, ਪੰਜਾਬ ਖੇਤੀ ਪ੍ਰਧਾਨ ਸੂਬਾ ਜੀ, ਇੱਥੇ ਖੇਤੀ ਨੂੰ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਆ, ਨਾ ਕਿ ਅਲਕੋਹਲ ਇੰਡਸਟਰੀਆਂ ਨੂੰ, ਨਾ ਕਿ ਇਥਨਲ ਪਲਾਂਟ ਨੂੰ, ਨਾ ਕਿ ਕੈਮੀਕਲ। ਪਰ ਗੱਲ ਹੁਣ ਮੋਰਚਾ ਲੰਮਾ ਚੱਲਦਾ ਪਿਆ, ਮੋਰਚਾ ਤੁਸੀਂ ਮੈਨੇਜ ਵੀ ਕਰਦੇ ਪਏ ਹੋ, ਬੜੀ ਪ੍ਰਕਾਰ ਦੀਆਂ ਦਿੱਕਤਾਂ ਵੀ ਆ ਰਹੀਆਂ ਨੇ, ਬੜੀ ਪ੍ਰਕਾਰ ਦਾ ਤੁਹਾਡੇ ਮੋਰਚੇ ਵਿੱਚ ਪਾੜ ਪਾਉਣ ਦਾ ਯਤਨ ਕੀਤਾ ਜਾ ਰਿਹਾ, ਡਿਵਾਈਡ ਐਂਡ ਰੋਲ ਦੀ ਨੀਤੀ ਚੱਲਦੀ ਪਈ ਹੈ, ਫਿਰ ਵੀ ਦਿਮਾਗ ਅਤੇ ਵਿਵੇਕ ਨਾਲ ਮਸਲੇ ਨੂੰ ਲੈ ਕੇ ਚੱਲਦੇ ਪਏ ਹੋ। ਹੁਣ ਸਰਕਾਰ ਕੀ ਕਹਿੰਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਦੇ ਜੇ ਬਿਆਨ ਪੜ੍ਹੀਏ ਤਾਂ ਭਗਵੰਤ ਮਾਨ ਕਹਿੰਦੇ ਸੀ ਮੈਂ ਆਹ ਵੀ ਬੰਦ ਕਰਾ ਦੂੰ, ਆਹ ਵੀ ਬੰਦ ਕਰਾ ਦੂੰ, ਹੁਣ ਤਾਂ ਪਾਣੀ ਵੀ ਗੰਦਾ ਹੋ ਗਿਆ, ਕਦੋਂ ਬੰਦ ਕਰਾਉਣਾ? ਸਰ ਸਰਕਾਰ ਨੂੰ ਮੈਨੂੰ ਸਮਝ ਨਹੀਂ ਆ ਰਹੀ, ਪਤਾ ਸਾਰਾ ਕੁਛ ਹੈਗਾ ਜੀ, ਕਰ ਕਿਉਂ ਨਹੀਂ ਰਹੇ? ਵੀ ਸਰਕਾਰ ਨੂੰ ਪੁੱਛਣ ਵਾਲਾ ਹੋਵੇ ਵੀ ਤੁਹਾਡੇ 'ਤੇ ਮਲਹੋਤਰੇ ਦਾ ਪ੍ਰੈਸ਼ਰ ਹੈ, ਜੇ ਮਲਹੋਤਰੇ 'ਤੇ ਪ੍ਰੈਸ਼ਰ ਨਹੀਂ ਹੈਗਾ ਹੋਰ ਕੀ ਦਾ ਪ੍ਰੈਸ਼ਰ ਆ? ਭਗਵੰਤ ਮਾਨ ਨੂੰ ਅਸੀਂ 92 ਵਿਧਾਇਕ ਦਿੱਤੇ ਆ ਜੀ, 92 ਥੋੜ੍ਹੇ ਨਹੀਂ ਹੁੰਦੇ ਗੇ, 92 ਵਿਧਾਇਕ ਲੈ ਕੇ ਪੰਜਾਬ ਦੀ ਅਸੈਂਬਲੀ 'ਚ ਬੈਠਾ ਜੀ, ਉਹ ਛੋਟੀ ਮੋਟੀ ਗੱਲ ਨਹੀਂ, CM ਆ ਸਟੇਟ ਦਾ, ਠੀਕ ਹੈ ਜੀ, ਸਾਰੀ ਸਟੇਟ ਉਹਦੇ ਥੱਲੇ ਆਉਂਦੀ ਆ, ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਲਿਆਵੇ, NOC ਦੀਆਂ ਕੈਂਸਲ ਕਰੇ, ਇਹਨੂੰ ਬੰਦ ਕਰੇ, 42-43 ਦਿਨਾਂ ਤੋਂ ਸਰ ਲੋਕ ਉੱਥੇ ਬੈਠੇ ਆ ਜੀ, ਰਾਤ ਨੂੰ ਵੀ ਉੱਥੇ ਬੈਠੇ ਆ, ਦਿਨੇ ਵੀ ਉੱਥੇ ਬੈਠੇ ਆ ਜੀ। ਦੇਖੋ ਇਹ ਪੰਜਾਬ ਦੇ ਲੋਕ ਆ, ਇਹ ਪੰਜਾਬ ਦੀ ਧਰਤੀ ਬਚਾਉਣਾ ਚਾਹੁੰਦੇ ਆ ਜੀ, ਪੰਜਾਬ ਦਾ ਪਾਣੀ ਬਚਾਉਣਾ ਚਾਹੁੰਦੇ ਆ, ਪੰਜਾਬ ਦੀ ਜ਼ਮੀਨ ਬਚਾਉਣਾ ਚਾਹੁੰਦੇ ਆ, ਡੇਲੀ ਦਾ 40-50 ਹਜ਼ਾਰ ਲੀਟਰ ਕੱਢਦੇ ਆ ਜੀ, ਉਹਨੂੰ ਖਰਾਬ ਕਰਦੇ ਆ, ਫਿਰ ਧਰਤੀ 'ਚ ਪਾ ਦਿੰਦੇ ਆ, ਜਿਹਦੇ ਕਰਕੇ ਇਹ ਸਾਡੇ ਬੋਰਾਂ 'ਚੋਂ ਕਾਲਾ ਕੈਮੀਕਲ ਵਾਲਾ ਪਾਣੀ ਆਉਣ ਲੱਗ ਗਿਆ ਜੀ। ਹੋਰ ਕਿਵੇਂ ਆਇਆ? ਕੁਛ ਦਿਨ ਪਿੱਛੇ ਸੋਢੀ ਵਾਲੇ ਆਏ ਜੀ, ਉਸ ਤੋਂ ਕੁਛ ਦਿਨ ਪਿੱਛੇ ਜੀ ਆਪਣਾ ਜੀਰਾ ਸ਼ਹਿਰ 'ਚੋਂ ਆਇਆ ਜੀ ਪਾਣੀ, ਅਤੇ ਰਟੋਲ ਰੋਹੀ ਵਾਲੀ ਮੋਟਰ ਤੋਂ ਕੱਢ ਹੀ ਰਹੀ ਹੈ ਸੜਕ ਤੋਂ ਇੱਧਰਲੇ ਪਾਸੇ ਵਾਲੀ। ਸਰ ਦਰਸ਼ਕੋ, ਸਾਡੇ ਨਾਲ ਭੈਣ ਮਰਖਾਈ ਜੀ ਵੀ ਨੇ, ਰਮਨਦੀਪ ਕੌਰ ਮਰਖਾਈ, ਆਓ ਇਹਨਾਂ ਦੇ ਕੋਲੋਂ ਵੀ ਜਾਣਨ ਦਾ ਯਤਨ ਕਰਦੇ ਹਾਂ, ਇਸ ਪੂਰੇ ਮਾਮਲੇ 'ਤੇ ਇਹ ਕੀ ਕਹਿਣਾ ਚਾਹੁੰਦੇ ਨੇ? ਭੈਣ ਜੀ, ਲੰਮਾ ਸਮਾਂ ਹੋ ਗਿਆ ਮੋਰਚਾ ਚੱਲਦਿਆਂ ਨੂੰ, ਲੰਮਾ ਸਮਾਂ ਹੋ ਗਿਆ ਮੈਨੇਜ ਕਰਦਿਆਂ ਨੂੰ, ਪਰ ਅਜੇ ਤੱਕ ਕੋਈ ਰਿਜ਼ਲਟ ਨਹੀਂ ਆ ਰਿਹਾ, ਕਾਰਨ? ਕਾਰਨ ਇਹ ਹੈ ਜੀ, ਜਿਵੇਂ ਕਿ ਪਹਿਲੀਆਂ ਸਰਕਾਰਾਂ ਸੁੱਤੀਆਂ ਪਈਆਂ, ਇਹ ਸਰਕਾਰ ਵੀ ਸਾਨੂੰ ਤਾਂ ਸੁੱਤੀ ਨਜ਼ਰ ਆ ਰਹੀ ਆ, ਜਿਹਨੂੰ ਇੱਕ ਕਾਰਪੋਰੇਟ ਕਰਾਉਣੇ ਦਾ ਇੱਕ ਨੁਮਾਇੰਦਾ ਕੰਪਲਸਰੀ ਆ, ਮਲਹੋਤਰਾ ਕੰਪਲਸਰੀ ਆ, ਜਿਹਨੂੰ ਪੂਰੀ ਜਨਤਾ ਦਾ ਫਿਕਰ ਨਹੀਂ, ਇੱਕ ਮਲਹੋਤਰੇ ਦਾ ਫਿਕਰ ਆ। ਕਿਉਂ? ਕਿਉਂਕਿ ਪਿਛਲੇ ਦਿਨਾਂ ਦੇ ਵਿੱਚ CM ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਸ਼ਰਾਬ ਦੇ ਠੇਕਿਆਂ ਤੋਂ ਪ੍ਰੋਫਿਟ ਬਹੁਤ ਆਉਂਦਾ, ਫਿਰ ਇਹਦਾ ਮਤਲਬ ਵੀ ਇਹਨਾਂ ਨੂੰ ਪ੍ਰੋਫਿਟ ਦਾ, ਇਹਨਾਂ ਨੂੰ ਜਨਤਾ ਦਾ ਨਹੀਂ,
जिहड़ी जनता की वोट लैके अज ये राज दीआं गद्दीआं ते बैठे आ अज उह जनता ते विपता पई आ। जे असी धन धन भगत दूनी चंद जी की जगह ते ये कैमिकल वाला पानी ना निकलता तो मैनू लगता भी साडे इलाके दे विच धड़ाधड़ जिहड़ी बीमारी फैलन तो बाद डैथ रेशो वधनी सी। ते फिर इसे सरकार ने वड्डियां वड्डियां टीमां WHO नूं भी ऑर्गनाइज़ करके साढ़े तक घलना सी कि देखो जी इहदा मेन रीज़न की आ, कारण की आ। अज जदों कारण पता लग गया अज मौनधारी बैठे है। नहीं मौनधारी बैठे आ पर अजे तक मामला सिरे नहीं लगा जी। मोर्चा मैनेज करते पे लोकल लीडर की कह रहे हैं जिहड़े इत्थों दे मौजूदा लीडर ने तुहाडे नाल ने या दूजे पासे ने? लोकल लीडर जी जिहड़ा साडा विधायक आ उह साडे विधायक कोले तां इक ही गल हैगी आ जी, मैं कह रहा जी मैं की कर सकदा, मैं तां तुहाडे नाल आ, बाली गल आ मैं भी लिख के अस्तीफा दे दिंदा, एदू वध गल ही है नहीं जी। अजे तक कुछ नहीं उहदे वल्लों कुछ नहीं कीता गया? नहीं जी उन्हां वल्लों कुछ नहीं कीता गया। उह कहिंदे कि साडे हत्थ वास कुछ नहीं, असीं तां सिर्फ तुहाडी गल आ जिहड़ी उह CM साहब तक पहुँचा सकदे हां। हुण तां सानूं इह वी शक जहर होण लग गया कि शायद CM दे हत्थ 'च वी कुछ नहीं, इह केजरीवाल दे हत्थ 'च आ। इह जिहड़ी घंटी उत्थों ही खड़कदी आ, उत्थे ही उह बैठा मल्होत्रा। भरोसेयोग सूत्रां तों पता लग रिहा कि मल्होत्रा दिल्ली 'च बैठा होया। ते सो ये असी CM साहब नूं कहिंदे कि तुहानूं पंजाब दे लोकां ने चुनिया। अकाली दल दे नाल जिवें कहा जांदा वी इहनां दे पुराने रिश्ते अकाली दल दे नाल सी, हुण पावर दे नाल रिश्ते हो गए ने कि अजे वी अकाली दल दे नाल ने? देखो जी फैक्ट्री दे मालक दी गल कर रहा वां। देखो जी मैं तुहानूं इक गल कहिंदी आ कि जिसकी लाठी उसकी बैंत वाली गल आ, जिहदी सरकार आ, जिहड़े करप्ट लोक आ ना ਇਹ ਪਹਿਲਾਂ ਹੀ ਤੁਸੀਂ ਇੱਥੇ ਮੈਂ ਇੱਕ ਥੋੜ੍ਹਾ ਜਿਹਾ ਸ਼ੋਰਟਲੀ ਤੁਹਾਨੂੰ ਦੂਸਰੇ ਤਰੀਕੇ ਨਾਲ ਸਮਝਾਉਂਦੀ ਹਾਂ ਡਰੱਗ ਵਾਲੇ ਪਾਸਿਓਂ। ਜਿਵੇਂ ਕਿ ਡਰੱਗ ਦੀ ਸੇਲ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਹੋਈ, ਕਾਂਗਰਸ ਨੇ ਪ੍ਰਫੁੱਲਤ ਕੀਤੀ ਅਤੇ ਹੁਣ ਆਮ ਆਦਮੀ ਪਾਰਟੀ ਵਧਾਵਾ ਦੇ ਰਹੀ ਹੈ। ਅੱਛਾ ਅਕਾਲੀ ਦਲ ਵਾਰੀ ਵੀ ਉਹੀ ਚਮਚੇ ਅੱਗੇ ਸੀ, ਕਾਂਗਰਸ ਵਾਰੀ ਵੀ ਉਹੀ ਹੋ ਗਏ ਅਤੇ ਆਮ ਆਦਮੀ ਪਾਰਟੀ ਵਾਰੀ ਉਹਦੇ ਮੈਂ ਨਰੇਸ਼ ਕਟਾਰੀਆ ਜੀ ਦੇ ਘਰ ਗਈ ਅਤੇ ਬੰਦੇ ਉਹੀ ਬੈਠੇ ਅੱਗੇ। ਅੱਛਾ ਸੋ ਇਹ ਗੱਲ ਸੋਚਣ ਵਾਲੀ ਆ, ਹਿੱਸੇ ਪੱਤੀ ਜਿਹੜੀ ਅੱਗੇ ਇੱਧਰ ਜਾਂਦੀ ਸੀ ਉਹ ਦੂਜੇ ਪਾਸੇ ਹੋ ਗਈ ਹੈ, ਕੰਮ ਉਹ ਵੀ ਚੱਲੀ ਜਾਂਦਾ ਕੰਮ ਜੀ। ਚਲੋ ਮਾਫ ਕਰਨਾ ਮੈਂ ਇੱਕ ਬੰਦੇ ਦਾ ਨਾਂ ਨਹੀਂ ਲੀਡਰ ਦਾ ਲੈਣਾ ਚਾਹੁੰਦੀ, ਮੈਂ ਪਰਸਨਲੀ ਉਹਦੇ ਨਾਲ ਡਿਸਕਸ ਕੀਤੀ। ਮੈਂ ਆਖਿਆ ਵੀ ਭਾਈ ਸਾਹਿਬ ਆ ਬੰਦੇ ਤੁਹਾਡੇ ਨਾਲ ਸੀ ਅਤੇ ਮੈਂ ਕਿਹਾ ਇਹਨਾਂ ਨੂੰ ਲਾਹਣਤਾ ਪਾਓ, ਆਮ ਆਦਮੀ ਪਾਰਟੀ ਨਾਲ ਤੁਰੇ ਫਿਰਦੇ ਆ। ਕਹਿੰਦੇ ਜੀ ਪਰਚੇ ਅਸੀਂ ਵੀ ਕਰਾਏ ਆ, ਪਰਚੇ ਇਹਨਾਂ ਨੇ ਵੀ ਕਰਾਉਣੇ ਆ, ਬੰਦੇ ਸਾਡੇ ਹੀ ਘੱਲੇ ਉੱਧਰ ਗਏ ਆ। ਅੱਛਾ ਆਹ ਤਾਂ ਇਹਨਾਂ ਦੀ ਰਣਨੀਤੀ, ਉਹ ਸਿਆਸਤ ਖਤਮ ਹੋ ਗਈ, ਉਹ ਲੀਡਰਸ਼ਿਪ ਖਤਮ ਹੋ ਗਈ। ਜਿਹੜੇ ਟੌੜੇ ਵਾਰੇ ਸੰਤ ਲੌਂਗੋਦੇਲ ਲੌਂਗੋਵਾਲ ਸੰਤਾਂ ਵਾਰੀ ਹੁੰਦੀ ਸੀ ਨਾ ਵੀ ਜਿੱਥੇ ਚਟਾਨ ਵਾਂਗੂ ਖੜ ਗਏ ਤਾਂ ਖੜ ਗਏ, ਜਿੱਥੇ ਅੜ ਗਏ ਤਾਂ ਅੜ ਗਏ। ਹੁਣ ਦੇ ਤਾਂ ਇਹ ਕਹਿੰਦੇ ਆ ਕਿੰਨੇ ਲੱਖ ਆ, ਕਿੰਨੇ ਗਾਂਧੀ ਵਾਲੇ ਨੋਟ ਆ, ਇੰਨੇ ਆ ਜੀ। ਕਿਹੜੀ ਪਾਰਟੀ ਤੋਂ ਆਇਆ ਜੀ? ਮੈਂ ਤੁਹਾਡੇ ਵੈਸੇ ਤਾਂ ਐਂਟੀ ਸੀ ਪਰ ਕੋਈ ਨਹੀਂ ਸੇਵਾ ਪਾਣੀ ਕਰ ਦਾਂਗੇ। ਉੱਥੇ ਫਿਰ ਕੀ ਹੁੰਦਾ, ਉੱਥੇ ਇਹੀ ਗੱਲ ਕਹੀ, ਚੱਲ ਕੋਈ ਨਹੀਂ ਕੋਈ ਨਹੀਂ ਆਪਾਂ ਰਲ ਮਿਲ ਕੇ ਰਹਿਣਾ ਅਗਲੀ ਵਾਰ। ਇੱਕ ਗੱਲ ਦੱਸੋ, ਗੱਲ ਦੱਸੋ ਜਿਵੇਂ ਸੇਵਾ ਪਾਣੀ ਵਾਲੀ ਗੱਲ ਹੈ, ਉਹਨਾਂ ਨੂੰ ਵੀ ਪਤਾ ਵੀ ਬੀਬੀ ਮਰਖਾਈ ਜ਼ਿਆਦਾ ਬੋਲਦੀ ਆ, ਕਦੀ ਤੁਹਾਨੂੰ ਨਹੀਂ ਕਿਸੇ ਨੇ ਕਿਹਾ ਵੀ ਸੇਵਾ ਪਾਣੀ ਤੁਹਾਡੀ ਵੀ ਕਰਦੇ ਨੇ, ਚੋਪੀ ਕਰ ਜਾ? ਨਹੀਂ ਬਹੁਤ ਆ, ਹਫ਼ਤੇ ਦਾ 10 ਲੱਖ ਰੁਪਈਆ ਆਇਆ ਸੀ ਡਿਮਾਂਡ, ਇੱਕ ਹਫ਼ਤੇ ਦਾ 10 ਲੱਖ ਰੁਪਈਆ ਦੇਵਾਂਗੇ, ਤੂੰ ਨਸ਼ੇ 'ਤੇ ਬੋਲਣਾ ਛੱਡ ਦੇ, ਆ ਭਗਤ ਦੂਣੀ ਚੰਦ ਜੀ ਦੀ ਜਗ੍ਹਾ 'ਤੇ ਖੜੀਆਂ। ਅਤੇ ਬਾਅਦ ਦੇ ਵਿੱਚ ਉਸੇ ਬੰਦੇ ਵੱਲੋਂ ਇਹ ਧਮਕੀ ਦਿੱਤੀ ਗਈ ਵੀ ਕੱਲ੍ਹ ਨੂੰ ਮੈਂ ਤੇਰੇ ਬੱਚੇ ਨਹੀਂ ਛੱਡਣੇ, ਫਲਾਣੇ ਸਕੂਲ ਦੇ ਵਿੱਚ ਪੜ੍ਹ ਰਹੇ ਆ। ਅਤੇ ਮੈਂ ਤਾਂ ਇੱਕ ਗੱਲ ਕਹੀ ਸੀ, ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਤਾ ਸੀ ਉਹਨਾਂ ਦੇ ਧੀਆਂ ਪੁੱਤ ਆ, ਜਿੱਥੇ ਉਹ ਸਰਬੰਸ ਵਾਰ ਗਿਆ ਉੱਥੇ ਦੋ ਮੇਰੇ ਵੀ ਜਾਂਦੇ ਆ, ਤਾਂ ਜਾਣ ਦੇ, ਮੇਰਾ ਪੰਜਾਬ ਬਚਣਾ ਚਾਹੀਦਾ। ਮੈਨੂੰ ਇਹ ਵੀ ਉੱਡਦੀਆਂ ਖਬਰਾਂ ਲੱਗੀਆਂ ਨੇ ਵੀ ਕੁਛ ਬੰਦਿਆਂ ਨੂੰ ਖਰੀਦੇ ਜਾਣ ਦੀ ਗੱਲ ਵੀ ਚੱਲੀ ਹੈ ਵੀ ਇਹ ਬੰਦੇ ਜਿਹੜੇ ਮੂਹਰੇ ਨੇ ਇਹਨਾਂ ਨੂੰ ਖਰੀਦਿਆ ਜਾਵੇ, ਇਸ ਤਰੀਕੇ ਦੀਆਂ ਗੱਲਾਂ ਵੀ ਤੁਹਾਡੇ ਤੱਕ ਆਈਆਂ ਨੇ ਜੀ? ਹਾਂਜੀ 100% ਆਈਆਂ ਜੀ, ਕੋਈ ਦੋ ਰਹਿ ਨਹੀਂ। ਰਾਤ ਵੀ ਮੈਨੂੰ ਆਪਣੇ ਜਿਹੜੇ ਮੁੱਢਲੇ ਸੱਜਣ ਨੇ ਇਹਨਾਂ 'ਚ ਕੋਈ ਖਰੀਦਿਆ ਤਾਂ ਨਹੀਂ ਅਜੇ ਤੱਕ ਗਿਆ, ਕੋਈ ਡੀਲ ਤਾਂ ਨਹੀਂ ਹੋਈ, ਪਰ ਪਤਾ ਨਹੀਂ ਕਾਰਨ ਕੀ ਹੈ। ਜੇ ਮੰਨ ਲਓ ਆਹ ਵੀਰ ਮੋਬਾਈਲ ਨਵਾਂ ਲੈ ਲੈਂਦਾ, ਕਹਿੰਦੇ ਮਲਹੋਤਰੇ ਨੇ ਲਿਆਤਾ ਹੋਣਾ, ਜੇ ਮੈਂ ਗੱਡੀ ਕਢਾ ਲੈਂਦਾ ਤਾਂ ਕਹਿੰਦੇ ਇਹ ਬਾਂਸਲ ਨੇ ਕਢਾਤੀ ਹੋਣੀ ਹੈ, ਇਹ ਗੱਲਾਂ ਆ ਕਿੱਥੋਂ ਰਹੀਆਂ ਨੇ? ਇੰਨੇ ਦਿਨ ਮੈਂ ਧਰਨੇ 'ਚੋਂ ਗਾਇਬ ਰਹੀ ਹਾਂ, ਲੋਕਾਂ ਨੇ ਤਾਂ ਇਹ ਵੀ ਕਹਿਤਾ ਵੀ ਰਮਨਦੀਪ ਕੌਰ 1 ਕਰੋੜ ਰੁਪਈਆ ਲੈ ਕੇ ਘਰੇ ਬਹਿ ਗਈ। ਅੱਛਾ ਮਾਰਦੇ ਦੀ ਤਾਂ ਨਹੀਂ ਹੁੰਦੇ, ਡਾਂਗ ਫੜ ਲੂ ਬੋਲਦੇ ਦੀ ਜਵਾਨ ਫੜਨੀ ਆ। ਪਰ ਸੀਕਰੇਟ ਇਨਫੋਰਮੇਸ਼ਨ ਦੇ ਤਹਿਤ ਆ ਜਿਹੜੇ 3 ਤੋਂ 4 ਜਾਣੇ ਆ, ਅਸੀਂ ਉਹਨਾਂ ਦੇ ਨਾਮ ਜਨਤਕ ਨਹੀਂ ਕਰ ਸਕਦੇ ਹਜੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਭਗਤ ਦੂਣੀ ਚਾਹੁੰਦੀ ਉਹਨਾਂ ਨੂੰ 15 ਦਿਨਾਂ 'ਚ ਸਾਂਭ ਲਈ, ਜਿਹੜੇ ਬੰਦੇ ਉੱਧਰ ਹੱਥ ਮਿਲਾ ਚੁੱਕੇ ਆ। ਸੋ ਰਾਤ ਵੀ ਮੈਨੂੰ ਕਾਲ ਆਈ ਆ ਪਿਆਰਿਆਂ ਨੇ ਤੋਂ, ਬਾਈ ਜੀ ਦੀ ਆਈ ਆ, ਉਹਦੇ ਥਰੂ ਵੀ ਬਸ ਇਹੀ ਗੱਲ ਹੋਈ ਕਿ ਭੈਣ ਜੀ ਪਿੱਛੇ ਕਿਉਂ ਆ, ਅਸੀਂ ਚਾਹੁੰਦੇ ਹਾਂ ਅਸੀਂ ਇਹਦੇ ਨਾਲ ਤੁਰੰਤ ਘੁਮਾ ਫਿਰਾ ਕੇ ਗੱਲ ਕਿਧਰਤ ਬਿੰਦੂ ਉੱਥੇ ਆਣ ਕੇ ਹੀ ਟਿਕਦੀ ਆ। ਰੌਲਾ ਤਾਂ ਨੱਥੂ ਦੀ ਰੋਟੀ ਦਾ ਹੀ ਆ, ਰੌਲਾ ਤਾਂ ਇਹ ਆ ਵੀ ਕਿਵੇਂ ਕਰਨਾ ਤੇ ਕਿਵੇਂ ਕਰਨਾ। ਪਰ ਜਿਹੜੇ ਅਸੀਂ ਜਾਗਦੀਆਂ, ਨੱਥੂ ਦੀ ਰੋਟੀ ਸਵਾਦ ਨਹੀਂ ਲੱਗਦੀ, ਵੀ ਚੱਕਰ ਕੀ ਹੈ ਕਿ ਪੰਜਾਬ ਦਾ ਦਰਦ ਜਿਹੜਾ ਉਹ ਜ਼ਿਆਦਾ ਮਹਿਸੂਸ ਹੋ ਰਿਹਾ?
देखो जी मेरा घर उजड़िया बई जी, मैं ना उस इवें दे सेक नूं सेकिया, ते जे अज मेरे इलाके दे नौजवान वीर देखो 15-15, 16-16 साल दे बच्चे कैंसर ना मर रहे, मेरे चाचे दी धी आ जिहड़ी 17 साल दी इच कैंसर दे नाल गई आ, की ओह बच्ची ने दुनिया वेख ली? ते जदों उहनूं कैंसर होया सी यूटस दे विच कैंसर सी, अज भी मैनूं ओह दिन याद आ, लोकां वल्लों किसे वल्लों उहनूं प्रैगनेंट करार दित्ता गया, किसे वल्लों कुछ सानू पता सी, वह दसीए किवें झले आ, ये पानी आ जिहड़े माड़े आ गए जिहदे कारण इस तरह ने। हजे तां ताजी घटना 4 महीने पहला मेरे चाची जी लीवर कैंसर दे नाल उहनां दी डैथ होई है। सो कैंसर दी मार आ ना, जे आपां मान लो अज टैसट कराउण ते तुर गए साडे पिंडां दे विच, जे साडे पिंडां दी 100% आबादी आ ना, विचों साडे पिंडां दे विच 38-39% कैंसर दे पेशेंट आ, कि काला पीलिया अपने पिंडां दे विच इधर हैगे आ जी, 100% हैगे, 4-4 साल दे बच्चे। हां वीर जी आया जी माड़ा जा, हां इत्थे कैंसर दी, मैं तो सोचदा हुंदा सी वी शायद बठिंडा बेल्ट जिहड़ी है ओह कैंसर दी मार दे विच है। ਤੁਸੀਂ ਜੀ ਲੁਧਿਆਣੇ ਜਾ ਵੜੋ, ਸਾਡਾ ਪਿੰਡ ਮੇਰਾ ਪਿੰਡ ਮਨਸੂਰਵਾਲ ਕਲਾਂ ਜੀ, ਲੁਧਿਆਣੇ ਸਾਡੇ ਬੰਦੇ ਦਾਖਲ ਵੇਖ ਸਕਦੇ ਜਨਾਬ ਅੱਗੇ ਆ ਜੋ, ਤੇ ਗੁਰੂ ਗੋਬਿੰਦ ਸਿੰਘ ਮੈਡੀਕਲ 'ਚ ਜਾ ਵੜੋ ਤੁਸੀਂ, ਉੱਥੇ ਵੀ ਸਾਡਾ ਇੱਕ ਮਰੀਜ਼ ਪਿਆ ਜੀ ਜਾ ਕੇ, ਕਾਲਾ ਪੀ ਗਿਆ, ਅਤੇ ਆਹ ਜਿਹੜਾ ਜੀ ਆਪਣਾ ਧੱਬੇ ਹੋਈ ਜਾਂਦੇ ਆ ਜੀ ਬੰਦਿਆਂ ਦੇ, ਕਿਹੜੀ ਬਿਮਾਰੀ ਆ ਜੀ ਸਾਡੇ ਪਿੰਡ 'ਚ ਹੈਣੀ ਜਿਹੜੀ? ਅਸੀਂ ਖੀਰ ਨੂੰ ਤੁਰੇ ਹਾਂ ਜੀ, 2% ਬੰਦੇ ਆ ਜੀ ਜਿਹੜੇ ਮਾੜਾ ਮੋਟਾ ਕਰ ਕਰਾ ਕੇ ਕੋਈ ਬੱਚਾ ਬਾਹਰ ਨੂੰ ਘੱਲ ਦੂਗਾ, ਤਾਂ ਦੂਜੇ ਦੱਸੋ ਕੀ ਕਰਨ ਜੀ? ਅਸੀਂ ਅੱਕੇ ਪਏ ਹਾਂ ਜੀ, ਅਸੀਂ ਖੀਰ ਨੂੰ ਤੁਰੇ ਹਾਂ, ਸਾਡਾ ਤਾਂ ਜਾਂ ਤਾਂ ਅਸੀਂ ਮਰ ਜਾਵਾਂਗੇ ਅਤੇ ਜਾਂ ਅਸੀਂ ਸਿਰੇ ਲਾ ਲਾਂਗੇ ਜੀ, ਅਸੀਂ ਤਾਂ ਇੱਕੇ ਗੱਲ 'ਤੇ ਬੈਠੇ ਹਾਂ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਦਰਸ਼ਕੋ ਸਾਡੇ ਨਾਲ ਹੋਰ ਵੀ ਵੀਰ ਨੇ ਜੋ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਤੁਰੇ, ਇੰਝ ਕਹਿ ਲਈਏ ਵੀ ਸਾਂਝੇ ਮੋਰਚੇ ਨੂੰ ਸਿਖਰ ਤੱਕ ਲੈ ਕੇ ਜਾਣ ਦੇ ਵਿੱਚ ਇਹਨਾਂ ਵੀਰਾਂ ਦਾ ਬਹੁਤ ਵੱਡਾ ਰੋਲ ਹੈ। ਆਓ ਗੱਲਬਾਤ ਕਰਦੇ ਹਾਂ ਵੀਰ ਰੋਮਨ ਦੇ ਨਾਲ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ, ਧੰਨਵਾਦ। ਕੋਈ ਰੋਮਨ ਕਹਿੰਦਾ ਕੋਈ ਰੋਮਨ ਕਹਿੰਦਾ, ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਕੀ ਨਾਂ ਕੀ ਹੈ ਭਰਾ ਦਾ, ਤੁਸੀਂ ਰੋਮਨ ਕਹਿ ਸਕਦੇ ਹੋ ਜੀ? ਹਾਂਜੀ, ਵੈਸੇ ਮੇਰਾ ਨਾਮ ਪੱਕਾ ਬਲਵਿੰਦਰ ਸਿੰਘ ਆ, ਹੁਣ ਵੈਸੇ ਰੋਮਨ ਆ। ਅਤੇ ਪਹਿਲਾਂ ਤਾਂ ਜੀ ਧੰਨਵਾਦ ਮੱਖੂ ਸਾਹਿਬ ਤੁਹਾਡਾ ਜੀ, ਤੁਹਾਡੇ ਦੋਨੇ ਹੀ ਭਰਾਵਾਂ ਦਾ ਅਸੀਂ ਬਹੁਤ ਰਿਣੀ ਆ, ਦਿਲੋਂ ਰਿਣੀ ਆ ਜੀ, ਜੋ ਪਹਿਲੇ ਦਿਨ ਤੋਂ ਤੁਸੀਂ ਸਾਡੇ ਨੂੰ ਕਵਰ ਕਰ ਰਹੇ ਹੋ ਜੀ। ਮਿਹਰਬਾਨੀਆਂ। ਹੁਣ ਮੋਰਚਾ ਸਿਖਰ ਤੱਕ ਕਿਵੇਂ ਜਾਊਗਾ? ਆਪਾਂ ਨੂੰ ਤੁਹਾਨੂੰ ਕੀ ਲੱਗਦਾ ਪਿਆ ਵੀ ਰੂਪ ਰੇਖਾ ਦੇ ਵਿੱਚ ਕੀ ਤਬਦੀਲੀ ਕਰਨੀ ਪੈਣੀ ਹੈ? ਅਸੀਂ ਜੀ ਅਰਦਾਸ ਸੋਧ ਕੇ ਤੁਰੇ ਹੋਏ ਹਾਂ। ਜਦੋਂ ਸਿੰਘ ਅਰਦਾਸ ਸੋਧ ਕੇ ਘੋੜਿਆਂ 'ਤੇ ਬਹਿ ਜਾਂਦੇ, ਨਾ ਘੋੜੇ ਪਿੱਛੇ ਮੁੜਦੇ ਅਤੇ ਨਾ ਉਹ ਅਰਦਾਸ ਦੇ ਮਤਲਬ ਸੋਧੀ ਹੋਈ ਸਿੰਘ ਪਿੱਛੇ ਮੁੜਦੇ ਨੇ, ਅਸੀਂ ਪਿੱਛੇ ਨਹੀਂ ਮੁੜਾਂਗੇ, ਸ਼ਾਂਤਮਈ ਹੀ ਬੈਠੇ ਹੋਏ ਹਾਂ, ਸ਼ਾਂਤਮਈ ਹੀ ਬੈਠਾਂਗੇ। ਮੈਂ 2-3 ਗੱਲਾਂ ਦਾ ਜਵਾਬ ਤੁਹਾਡਾ ਦੇਣਾ ਚਾਹੂੰਗਾ। ਜਿਹੜੇ ਤੁਸੀਂ ਕਿਹਾ ਇਹ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ, ਇਹਨਾਂ ਦੀ ਜਿਹੜੀ ਟਰਨਓਵਰ 900 ਕਰੋੜ ਦੀ ਆ, 900 ਕਰੋੜ ਦੀ ਇੱਕ ਸਾਲ ਦੀ ਟਰਨਓਵਰ ਆ, ਮੈਂ ਇਹਨਾਂ ਨੂੰ ਕਹਿਣਾ ਚਾਹੂੰਗਾ ਤੁਹਾਡੇ ਮੀਡੀਆ ਦੇ ਮਤਲਬ ਮਾਧਿਅਮ ਰਾਹੀਂ, ਅਸੀਂ ਅੱਜ ਗੁਰੂ ਸਾਹਿਬ ਦੇ ਸਥਾਨਾਂ 'ਤੇ ਖੜ੍ਹੇ ਹਾਂ ਜੀ। ਇਹ ਸਾਡੇ 800 ਜੇ ਸਾਨੂੰ ਕਹਿੰਦਾ 800,99,99,99,00,000 ਤੈਨੂੰ ਦਿੱਤੇ ਵਿਕ ਜੋ, ਆਹ ਸਾਡਾ ਵਾਲ ਨਹੀਂ ਖਰੀਦ ਸਕਦੇ। ਇਹ ਅਸੀਂ ਕਹਿੰਦੇ ਹਾਂ ਜੀ, ਅਸੀਂ ਸਾਡਾ ਵਾਲ ਤੱਕ ਨਹੀਂ ਖਰੀਦ ਸਕਦੇ। ਇਹ ਅਸੀਂ ਜੀ ਬਾਬਾ ਧੰਨ ਧੰਨ ਭਗਤ ਬਾਬਾ ਦੁਨੀ ਚੰਦ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਓਟ ਆਸਰਾ ਲੈ ਕੇ ਤੁਰੇ ਹੋਏ ਹਾਂ। ਅਸੀਂ ਗੁਰੂ ਸਾਹਿਬ ਜੀ 'ਤੇ ਅਰਦਾਸ ਕਰਕੇ ਤੁਰੇ ਹਾਂ, ਜਿੱਤ ਸਾਡੀ ਨਿਸ਼ਚੈ ਪੱਕੀ ਹੋਊਗੀ, ਅਸੀਂ ਜਿੱਤ ਕੇ ਮੁੜਾਂਗੇ ਵਾਪਸ, ਚਾਹੇ ਅਸੀਂ ਮਰ ਕੇ ਸਾਡੀਆਂ ਲਾਸ਼ਾਂ ਆਉਣਗੀਆਂ ਅਤੇ ਜਾਂ ਅਸੀਂ ਜਿੱਤ ਕੇ ਘਰੇ ਵਾਪਸ ਆਵਾਂਗੇ। ਗੱਲਾਂ ਦੋ ਹੀ ਆ ਜੀ, ਪਰ ਦੂਜੇ ਪਾਸੇ ਪਤਾ ਲੱਗੇ ਵੀ ਰੁਪਈਆ ਬਹੁਤ ਜ਼ਿਆਦਾ ਆ, ਰੁਪਈਏ ਦਾ ਜ਼ੋਰ ਬਹੁਤ ਜ਼ਿਆਦਾ ਹੁੰਦਾ ਆ, ਪ੍ਰਸ਼ਾਸਨ ਤੁਹਾਡੀ ਨਹੀਂ ਸੁਣਦਾ ਪਿਆ, ਪੋਲੀਟੀਕਲ ਲੀਡਰ ਤੁਹਾਡੀ ਨਹੀਂ ਸੁਣਦੇ ਪਏ, ਤੁਹਾਨੂੰ ਲੱਗਦਾ ਵੀ ਜਿਹੜਾ ਲੋਕ ਰੋਹ ਹੈ, ਜਨ ਸ਼ਕਤੀ ਹੈ, ਇਹਦੇ ਅੱਗੇ ਸਾਰਾ ਕੁਝ ਝੁਕ ਜਾਵੇਗਾ? ਇਹ ਜੀ ਨਾ ਸਰਕਾਰ ਨੇ ਨਾ ਥੋੜ੍ਹਾ ਕੁ ਲੋਕਾਂ ਨੂੰ ਪਰਖ ਕੇ ਵੀ ਵੇਖਿਆ ਸੀਗਾ, ਲੋਕਾਂ 'ਚ ਰੋਹ ਇੰਨਾ ਕਹਾ ਵੀ ਜੇ ਮੰਨ ਲਓ ਹੁਣ ਲੋਕਾਂ ਨੂੰ ਅਸੀਂ ਕਾਲ ਦੇ ਦਈਏ ਨਾ, ਇੱਥੇ ਸੜਕਾਂ ਜਾਮ ਹੋ ਜਾਣਗੀਆਂ। ਜਿਹੜੀ ਸਰਕਾਰ ਨਹੀਂ ਗੱਲ ਸੁਣ ਰਹੀ ਉਹਦਾ ਕਾਰਨ ਆ, ਦਿੱਲੀ ਦੇ ਵਿੱਚ ਆਬਕਾਰੀ ਇੱਕ ਸੀਗਾ ਇਹਨਾਂ ਦਾ, ਆਬਕਾਰੀ ਇਹਨਾਂ ਨੇ ਕੰਟਰੈਕਟ ਹੁੰਦਾ ਤੋੜਿਆ ਸੀਗਾ, ਜੋ ਕਿ ਦਿੱਲੀ ਦੇ ਠੇਕੇ ਸੀ। ਤੁਸੀਂ 2017 ਦੇ ਵਿੱਚ ਤੁਸੀਂ ਸਟੱਡੀ ਕਰੋਗੇ ਤਾਂ 2017 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੂੰ ਫੰਡਿੰਗ ਆਈ ਸੀ ਉਹ NRI ਫੰਡਿੰਗ ਬਹੁਤ ਜ਼ਿਆਦਾ ਸੀਗੀ, ਬਹੁਤ ਵੱਡੇ ਐਰ ਕੀ ਉਸਨੂੰ NRI ਫੰਡਿੰਗ ਨਹੀਂ ਆਈ, NRI ਫੰਡਿੰਗ ਨਹੀਂ ਆਈ, ਜਿਹੜੀ ਮਤਲਬ ਆਬਕਾਰੀ ਇਹਨਾਂ ਨੇ ਪਾਲਿਸੀ ਤੋੜ ਕੇ ਦੀਪ ਮਲਹੋਤਰੇ ਨੂੰ ਦਿੱਲੀ ਦੇ 70% ਠੇਕੇ ਦਿੱਤੇ ਹੋਏ ਆ ਜੀ, ਦਿੱਲੀ ਦੇ 70% ਠੇਕੇ ਜਿਹੜੇ ਦੀਪ ਮਲਹੋਤਰੇ ਨੂੰ ਦਿੱਤੇ ਹੋਏ ਆ ਜੀ, ਜਿਹਦੇ ਵਿੱਚ ਦੀਪ ਮਲਹੋਤਰਾ ਮਨੀਸ਼ ਸਿਸੋਦੀਆ ਦੇ ਨਾਲ ਨਾਮਜਦ ਹੋਇਆ ਪਿਆ ਦੀਪ ਮਲਹੋਤਰੇ ਦੇ ਨਾਲ, ਦੂਜਾ ਮਨੀਸ਼ ਸਿਸੋਦੀਆ ਦੇ ਨਾਲ ਦੀਪ ਮਲਹੋਤਰਾ ਨਾਮਜਦ ਹੋਇਆ ਪਿਆ। ਉਹੀ ਕਾਰਨ ਆ ਜੀ, ਇਹ ਜਿਹੜੀ ਸਰਕਾਰ ਆ, ਇਹ ਸਰਕਾਰ ਜਿਵੇਂ ਭੈਣ ਰਮਨਦੀਪ ਜੀ ਨੇ ਕਿਹਾ ਸਰਕਾਰ ਭਗਵੰਤ ਮਾਨ ਨਹੀਂ ਚਲਾ ਰਿਹਾ,
ਇਹ ਦਿੱਲੀ ਤੋਂ ਜਾਂ ਰਾਘਵ ਚੱਡਾ ਚਲਾ ਰਿਹਾ ਜਾਂ ਇਹਨੂੰ ਕੇਜਰੀਵਾਲ ਚਲਾ ਰਿਹਾ। ਪਰ ਬਈ ਕਿਸੇ ਵੇਲੇ ਤੁਸੀਂ ਬੜੇ ਵੱਡੇ ਪੱਧਰ ਦੇ ਉੱਪਰ ਆਮ ਆਦਮੀ ਪਾਰਟੀ ਦੇ ਸਮਰਥਕ ਸੀ, ਘਰ ਘਰ ਗਏ, ਉਹਨਾਂ ਨੂੰ ਵੀ ਪਤਾ ਵੀ ਇਹ ਸਾਡਾ ਵਲੰਟੀਅਰ ਹੈ, ਸਾਡਾ ਅੱਛਾ ਵਰਕਰ ਹੈ, ਤੇ ਅੱਜ ਹੀ ਅੱਜ ਉਹ ਵਰਕਰ ਖੜਾ ਹੋਇਆ ਆ ਪੌਣ ਤੇ ਪਾਣੀ ਬਚਾਉਣ ਦੀ ਖਾਤਰ, ਤੇ ਅੱਜ ਉਹਨਾਂ ਨੂੰ ਉਹ ਵਰਕਰ ਨਹੀਂ ਦਿਸਦਾ ਜਿਹਦੇ ਅੰਦਰ ਬੜਾ ਜਜ਼ਬਾ ਸੀ, ਤੇ ਘਰ ਘਰ ਜਾ ਕੇ ਉਹਨੇ ਕਿਹਾ ਸੀ ਰਵਾਇਤੀਆਂ ਤੋਂ ਪਾਸੇ ਹੋ ਜਾਓ। ਮੈਂ ਤੁਹਾਨੂੰ ਦੱਸਦਾ ਜੀ, ਉਹ ਮੇਰੇ ਸਾਹਮਣੇ ਘਰ ਆ ਤੇ ਮੇਰੇ ਹਿਸਾਬ 'ਚ ਘਰ ਦੇ ਮੇਰੇ ਨਾਲ ਝੰਡਾ ਲੱਗਾ ਸੀਗਾ, ਝੰਡਾ ਵੀ ਵੇਖੋ ਤੂੰ ਫੜ ਕੇ ਕਾਲਾ ਹੋ ਕੇ ਥੱਲੇ ਉਵੇਂ ਹੀ ਹੋਊਗਾ ਲਮਕਦਾ। ਅਸੀਂ ਇੰਨੇ ਕੁ ਜ਼ਿਆਦਾ ਵਰਕਰ ਸੀਗੇ, ਅਸੀਂ 2014 ਦੇ ਵਿੱਚ ਸਾਡੇ ਪਿੰਡ ਦੇ ਨੌਜਵਾਨ ਹੁੰਦੇ ਸੀਗੇ, ਉਹ ਬਾਈ ਗੁਰਿੰਦਰ ਢਿੱਲੋਂ, ਸੋਨਾ ਢਿੱਲੋਂ ਜਾਂ ਗੋਗੀ ਜੱਸੜ ਹੁੰਦਾ ਸੀ, ਅਸੀਂ ਉਹਨਾਂ ਨਾਲ ਜਾ ਕੇ ਘਰ ਘਰ ਕੰਪੇਨ ਕੀਤੀ ਆ। ਐਰ ਕਿ ਜਿਵੇਂ ਇਸ ਵਕਤ ਵਾਰ ਸਾਡੇ ਨਾਲ ਸਰਦਾਰ ਜੀ ਖੜ੍ਹੇ ਨੇ, ਸਰਦਾਰ ਨਿਰਮਲ ਸਿੰਘ ਜੀ ਖੜ੍ਹੇ ਨੇ, ਜਾਂ ਸਾਡੇ ਪਿੰਡ ਦੇ ਹੋਰ ਵੀ ਪਤਵੰਤੇ ਜਿੰਨੇ ਵੀ ਸੀ ਆਮ ਆਦਮੀ ਪਾਰਟੀ ਦੇ, ਹੈ ਨਾ, ਬਲਦੇਵ ਸਿੰਘ ਸਰਪੰਚ ਸੀ ਜਾਂ ਗੋਰੀ ਬਰਾੜ ਸੀ, ਅਸੀਂ ਉਹਨਾਂ ਨਾਲ ਤੁਰ ਕੇ ਅਸੀਂ ਨਾਲ ਕੰਪੇਨ ਕਰਕੇ ਇਹਨਾਂ ਦੀ ਮਤਲਬ ਆਮ ਆਦਮੀ ਪਾਰਟੀ ਬਣਾਈ ਆ ਜੀ। ਪਰ ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਉਹੀ ਗੱਲਾਂ ਨੇ ਜੀ, ਗੁਰੂ ਸਾਹਿਬ ਅਤੇ ਅਰਦਾਸ ਜਦੋਂ ਗੁਰੂ ਸਾਹਿਬ ਨਾਲ ਹੋਣ ਨਾ, ਸਾਨੂੰ ਗੁਰੂ ਸਾਹਿਬ ਤੋਂ ਉੱਤੇ ਜਦੋਂ ਗੁਰੂ ਘਰ ਦੇ ਲੰਗਰ ਦੇ ਵਿੱਚ ਹੀ ਲਾਂ ਨਿਕਲ ਆਈ, ਗੁਰੂ ਘਰ ਦੇ ਲੰਗਰ ਦੇ ਵਿੱਚ ਜੀ ਦੇਖੋ ਕਿੱਡੀ ਤਰਾਸਦੀ ਆ, ਗੁਰੂ ਘਰ ਦੇ ਲੰਗਰ ਵਿੱਚ ਜਦੋਂ ਲਾਂ ਨਿਕਲ ਆਈ, ਸਾਨੂੰ ਗੁਰੂ ਸਾਹਿਬ ਤੋਂ ਉੱਤੇ ਕੋਈ ਪਾਰਟੀ ਨਹੀਂ, ਕੋਈ ਸਾਨੂੰ ਹੈ ਨਹੀਂ ਗਾ, ਕੋਈ ਨਹੀਂ ਸਾਡਾ ਸਗਾ ਨਹੀਂ ਗਾ, ਸਾਨੂੰ ਤਾਂ ਬਸ ਇਹ ਫੈਕਟਰੀ ਅਸੀਂ ਬੰਦ ਕਰਾਉਣੀ ਆ, ਬੰਦ ਕਰਾਉਣੀ ਆ, ਭਾਵੇਂ ਜੇ ਮਰਜ਼ੀ ਬੰਦ ਕਰਾਉਣੀ ਪਵੇ, ਭਾਵੇਂ ਸਾਨੂੰ ਮਰ ਕੇ ਬੰਦ ਕਰਾਉਣੀ ਪਵੇ, ਚਾਹੇ ਸਾਨੂੰ ਬੈਠ ਕੇ ਬੰਦ ਕਰਾਉਣੀ ਪਵੇ, ਜਿਵੇਂ ਵੀ ਜਿਹੜੇ ਵੀ ਤਰੀਕੇ ਨਾਲ ਬੰਦ ਕਰਾਉਣੀ ਹੋਈ ਬੰਦ ਕਰਾਵਾਂਗੇ, ਸਰਕਾਰ ਦੀਆਂ ਅਸੀਂ ਨਾਸਾਂ 'ਚ ਦਮ ਲਿਆਣ ਦਾਂਗੇ, ਜਿੰਨਾ ਤੱਕ ਫੈਕਟਰੀ ਨਹੀਂ ਬੰਦ ਹੁੰਦੀ ਅਸੀਂ ਉੱਥੋਂ ਉੱਠਾਂਗੇ ਨਹੀਂ ਜੀ। ਜੀ ਬਹੁਤ ਬਹੁਤ ਧੰਨਵਾਦ ਵੀਰ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਵੀਰਾਂ ਦਾ? ਮੇਰਾ ਨਾਮ ਗੁਰਜੰਡ ਸਿੰਘ, ਸਾਬਕਾ ਸਰਪੰਚ। ਕਿਵੇਂ ਡਟੇ ਆ? ਪੂਰੇ ਜੀ, ਪੂਰੇ ਪਿੱਛੇ ਨਾ ਜੀ, ਇੱਕ ਵਾਲ ਦੀ ਜੋ ਜਗ੍ਹਾ ਵੀ ਨਹੀਂ ਪਿੱਛੇ ਹੋਣ ਵਾਲੀ ਜੀ। ਅੱਛਾ, ਬਿਲਕੁਲ ਵੀ ਨਹੀਂ ਕੋਈ ਡਰ, ਕੋਈ ਦਬਾਅ, ਕੋਈ ਲਾਲਚ। ਦੇਖੋ ਜੀ, ਇੱਕ ਅਸੀਂ ਡਰਦੇ ਹਾਂ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਧੰਨ ਭਗਤ ਬਾਬਾ ਦੁਨੀਚੰਦ ਤੋਂ। ਇਸ ਤੋਂ ਇਲਾਵਾ ਅਸੀਂ ਕਿਸੇ ਇਨਸਾਨ ਤੋਂ ਨਾ ਡਰਦੇ ਹਾਂ ਅਤੇ ਨਾ ਡਰਾਂਗੇ, ਅਤੇ ਨਾ ਹੀ ਅਸੀਂ ਕਿਸੇ ਨੂੰ ਡਰਾਉਂਦੇ ਹਾਂ। ਅਸੀਂ ਤਾਂ ਸਿਰਫ ਇੱਕ ਆਪਦਾ ਹੱਕ ਮੰਗਦੇ ਹਾਂ, ਹੱਕ ਮੰਗਣ ਵਾਸਤੇ ਅਸੀਂ ਉੱਥੇ ਮੋਰਚਾ ਲਾ ਕੇ ਬੈਠੇ ਹਾਂ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਡਟੇ ਹੋਏ ਹੋ। ਜੇ ਡਰਨਾ ਹੁੰਦਾ ਤਾਂ ਫਿਰ ਅਸੀਂ ਮੋਰਚੇ ਨਹੀਂ ਲਾਉਂਦੇ ਸੀ, ਡਰ ਤਾਂ ਸਾਡੀ ਖਲ 'ਚ ਹੀ ਹੈ ਨੀਗਾ। ਬਿਲਕੁਲ ਜੀ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਹਾਂਜੀ ਵੀਰ ਜੀ, ਮੈਨੂੰ ਪਤਾ ਲੱਗਾ, ਬਹੁਤ ਵਧੀਆ। ਆ ਜਾਓ ਵੀਰ ਜੀ, ਤੁਸੀਂ ਵੀ ਆ ਜਾਓ। ਮੈਨੇਜਮੈਂਟ ਕੀਤੀ ਆ ਸਿੰਘਾਂ ਨੂੰ, ਤੁਸੀਂ ਹਰ ਭਰੋਸਾ ਦਵਾਇਆ ਵੀ ਗੁਰੂ ਘਰ 'ਚੋਂ ਲੰਗਰ ਵੀ ਚਾਹੀਦਾ ਹੋਵੇ, ਹੋਰ ਵੀ ਕੋਈ ਸਮਰਥਨ ਚਾਹੀਦਾ ਹੋਵੇ। ਹਾਂਜੀ, ਕੋਈ ਵੀ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਕਹਿਣ, ਅਸੀਂ ਉਦੋਂ ਹੀ ਪੂਰੀ ਕਰਾਂਗੇ ਜੀ। ਇੱਥੇ ਗੁਰਦੁਆਰਾ ਬਾਬਾ ਦੁਨੀਚੰਦ ਤੋਂ? ਹਾਂ, ਬਾਬੇ ਦੁਨੀਚੰਦ ਜੀ। ਹਾਂਜੀ, ਪੂਰਾ ਡਟ ਕੇ ਨਾਲ ਖੜੇ ਹੋ? ਡਟ ਕੇ ਜੀ, ਫੁੱਲ। ਇਹ ਨਾ ਹੋਵੇ ਮੁੰਡੇ ਗਾਂਹ ਲੱਗ ਜਾਣ ਤੇ ਬਾਪੂ ਪਛਾਣ ਹੋ ਜਾਣ। ਪਹਿਲੇ ਦਿਨ ਤੁਰੇ ਅਰਦਾਸ ਕਰਕੇ ਤੁਰੇ ਜੀ, ਤੇ ਬਾਕੀ ਭਗਤ ਬਾਬਾ ਦੁਨੀਚੰਦ ਸਾਨੂੰ ਡਰ ਹੀ ਇੰਨਾ ਵੀ ਸਾਨੂੰ ਭਲਾ ਅਰਬਾਂ ਰੁਪਈਆ ਦੇਣਾ ਅਸੀਂ ਤਾਂ ਨਹੀਂ ਵੇਖ ਸਕਦੇ। ਬਾਬੇ ਦੁਨੀਚੰਦ ਦਾ ਸਾਨੂੰ ਵੱਧ ਡਰ ਆ ਜੀ, ਲੱਗਦਾ ਮੁੜ ਤਾਂ ਸਿਖਰ ਵਾਲੇ ਪਾਸੇ ਅੱਪੜਦਾ ਪਿਆ। ਹਾਂਜੀ, ਜਾਊਗਾ ਜੀ, ਜਾਊਗਾ, ਵੱਧ ਰਹੇ ਜੀ। ਹਾਂਜੀ ਵੀਰ ਜੀ, ਇਹ ਜਿਹੜਾ ਇਲਾਕਾ ਨਾ ਸਾਡਾ, ਸਾਰੇ 40-50 ਹੋਏ ਆ, ਇਹ ਬਾਬੇ ਭਗਤ ਦੁਨੀਚੰਦ ਦੇ ਹੀ ਆ ਬਲੌਤ ਬਦੌਤਲ। ਇਹ ਸਾਰਾ ਕੁਛ ਇਹਦੇ ਰਾਹੀਂ ਚੱਲਦਾ ਜੀ, ਜਿਹੜਾ ਵੀ ਇਹ ਹੁਣ ਚੱਲਿਆ ਮੋਰਚਾ ਸ਼ੁਰੂ ਹੋਇਆ ਉੱਥੋਂ ਵੀ ਸਮਾਜ ਤਾਂ ਹੀ ਹਰ ਬੰਦਾ ਇਹ ਤੋਂ ਡਰਦਾ ਜੀ, ਕੋਈ ਇਹ ਨਹੀਂ ਗਲਤ ਕੰਮ ਨਹੀਂ ਕਰੂ। ਹੋਊ ਫੈਕਟਰੀ ਬੰਦ ਫਿਰ? ਜ਼ਰੂਰ ਹੋਊਗੀ ਜੀ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਸੋ ਦਰਸ਼ਕੋ, ਇਹ ਸਨ ਵੀਰ ਸਤਿਕਾਰਯੋਗ ਸਾਡੇ ਇੱਥੋਂ ਦੇ, ਜਿਨ੍ਹਾਂ ਨੇ ਸ਼ਰਾਬ ਫੈਕਟਰੀ ਦੇ ਖਿਲਾਫ ਡਟ ਕੇ ਮੋਰਚਾ ਲਾਇਆ, ਡਟੇ ਹੋਏ ਨੇ, ਔਰ ਉਹਨਾਂ ਨੇ ਕਿਹਾ ਕਿ ਸ਼ਰਾਬ ਫੈਕਟਰੀ ਬੰਦ ਕਰਕੇ ਹੀ ਸਾਹ ਲਵਾਂਗੇ। ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ, ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।